हेलो गाइस, नमस्ते, सत श्री अकाल, अस्सलाम वालेकुम। यू आर वाचिंग एज ए प्रोडक्शन पी के। मैं हूं जिंग बुखारी। मैं हूं अमरा रफी। टुडे वी आर गोइंग टू आई थिंक अ सिग्नल था नो लेट ही पहुंचते अमरा जी ते चल के अपन सॉन्ग जड़ा सुनने लगे हैं। फेमस सॉन्ग आ, फेमस ते फेमस ही आ, बट नाम भी टाइटल दा फेमस ही आ। सिद्धू मूसेवाले का सोंग ते अजकल आप सिद्धू के मतलब सोंग जड़े हैं ना उही चढ़ाई जाने हैं, क्योंकि एक एडिक्शन जी हो जाती है ना बंदे नू सोंग सुनन दी, ते वो कंडीशन चल रही है अजकल। ते हाँ जी उमरा, तुसी दसो फिर चल के आप सोंग सुनिए फिर हैं फेमस सोंग। तुसी एडिक्ट होए पता है सिद्धू के सोंग सुन सुन के? असी पहले ही एडिक्टेड सी, हुन ज्यादा हो गए हैं। मैं कहनी हूं वीडियो स्टार्ट करते हैं। क्या बात है जी, क्या बात है। चलो फिर गाइस चल के आपा पहला वीडियो देख लें, फिर थोड़े ना मजीद गल्ला साझियां कर दें। ओके स्टार्ट कर दें। लेविश हमको मिटा सके जमाने में दम नहीं, हमसे जमाना खुद है, जमाने से हम नहीं। ये 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 फोटवा खिचाउण नू फिरे करते जट दी रीस मिठी है। वख जमा जेड़ा पीड़ा ते कतारा विचो नहीं, हो टॉपी उत्ते लखा ते हजारा विचो नहीं। बिलो तेरा यार बिलो ओ आ तेरा यार, हो चलता जो बड़ी बड़ी कारा बिच नहीं। जीरा बोल पाला चोटी दिया नारा बिच नहीं। बिलो ओ आ तेरा यार बिलो ओ आ तेरा यार। हो वर्ल्ड वाइड गेम पूरी तड़ी बली है, हिटरा दी ढाणी देख सड़ी बली है। गाने दे विच ना कोई ना कोई न्यू लॉजिक नजर। सौखा नहीं ओ बिल्लो मैनू बीट करना, सिखिया नहीं कितों आपा जीत करना। कल दे जवाक कलमा नू चक्की फिरदे ने खाई दे मूसे वाला कंपीट करना। थोनू लगदा है बाजी तुसी जित लमोगे, जट्टी टॉपी उत्ते खड़ायों नू सिट लमोगे। गल थोड़े बसों बाहर, गल थोड़े बसों बाहर। दुनिया तो वक्री ही तोर तुरदा, ए नी जो इत्थे उत्थे नित्त होंदे ने,
ਮੁਕਾਬਲੇ ਦੀਆਂ ਗੱਲਾਂ ਛੱਡ ਦੇ ਕਾਕਾ, ਮੇਰੇ ਤਾਂ ਡੁਪਲੀਕੇਟ ਵੀ ਹਿੱਟ ਹੁੰਦੇ ਨੇ। ਯਾਰ ਯਕੀਨ ਜਾਣੋ ਸਿੱਧੂ ਮੂਸੇਵਾਲੇ ਦੀ ਇੱਕ ਗੱਲ ਵਿੱਚ ਮੈਨੂੰ ਬੜੀ ਵਧੀਆ ਲੱਗੀ, ਅਤੇ ਉਹ ਰਿਐਲਿਟੀ ਵੀ ਹੈ ਕਿ ਲਾਈਕ ਦੁਨੀਆ ਜਿਹੜੀ ਆ ਨਾ ਕੰਡ ਪਿੱਛੇ ਕੁਛ ਹੋਰ ਆ, ਸਾਹਮਣੇ ਤੁਹਾਨੂੰ ਬਾਈ ਬਾਈ ਕਹਿ ਕੇ ਬੁਲਾਉਂਦੀ ਆ, ਠੀਕ ਆ। ਅਤੇ ਮਤਲਬ ਕਿ ਨਾ ਯਾਰ ਇੱਕ ਦੂਸਰੀ ਗੱਲ ਇਹ ਕਿ ਨਾ ਸਿੱਧੂ ਕਿਸੇ ਦੇ ਮੋਢਿਆਂ 'ਚ ਰਹਿ ਕੇ ਨਹੀਂ ਚੜਿਆ, ਨੈਚੁਰਲ ਆਵਾਜ਼, ਕੋਈ ਆਟੋ ਟਿਊਨ ਨਹੀਂ। ਮਤਲਬ ਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਆਟੋ ਟਿਊਨ ਨਹੀਂ ਹੈ, ਜਿੱਦਾਂ ਅੱਜ ਕੱਲ੍ਹ ਸਿੰਗਰਾਂ ਨੇ ਆਟੋ ਟਿਊਨ ਲਾ ਕੇ ਆਪਣੇ ਸੌਂਗ ਅਪਲੋਡ ਕੀਤੇ ਹੁੰਦੇ ਅਤੇ ਫੇਮਸ ਹੋਏ ਹੁੰਦੇ, ਨਹੀਂ। ਸਿੱਧੂ ਨੂੰ ਜਿੱਥੇ ਮਰਜ਼ੀ ਲਾਈਵ ਲੈ ਜਾਓ, ਐਡਾ ਡੀਸੈਂਟ ਪਰਸਨ, ਐਡਾ ਓਨੈਸਟ ਪਰਸਨ, ਐਡਾ ਹੰਬਲ ਪਰਸਨ ਮੈਂ ਨਹੀਂ ਹਜੇ ਤੱਕ ਦੇਖਿਆ, ਜਿਹੜਾ ਮਤਲਬ ਕਿ ਆਮ ਤੁਰਦੇ ਫਿਰਦੇ ਬੰਦੇ ਨਾਲ ਵੀ ਮਤਲਬ ਕਿ ਟੁਰੇ ਅਤੇ ਉਹਨਾਂ ਦੇ ਵਰਗਾ ਹੀ ਲੱਗੇਗਾ, ਵੀ ਆਈ ਪੀਸ ਦੇ ਨਾਲ ਟੁਰੇ ਉਹਨਾਂ ਦੇ ਵਰਗਾ ਹੀ ਲੱਗੇਗਾ। ਮਤਲਬ ਕਿ ਇੰਨਾ ਡਾਊਨ ਟੂ ਅਰਥ ਬੰਦਾ ਮੈਂ ਨਹੀਂ ਹਜੇ ਤੱਕ ਦੇਖਿਆ। ਬਾਕੀ ਯਾਰ ਸਮਰਾ ਨੂੰ ਚੱਲ ਕੇ ਪੁੱਛਦੇ ਹਾਂ। ਹਾਂ ਬਹੁਤ ਜ਼ਬਰਦਸਤ ਸੌਂਗ ਸੀ, ਮੈਂ ਦੇਖ ਰਹੀ ਸੀ ਜਿਹਨੇ ਐਡੀਟਿੰਗ ਕੀਤੀ ਨਾ, ਬਹੁਤ ਹੀ ਕਮਾਲ ਕੀਤੀ ਹੈ ਵੀਡੀਓ ਦੀ ਐਡੀਟਿੰਗ, ਬਹੁਤ ਜ਼ਬਰਦਸਤ ਸੀ, ਬਹੁਤ ਜ਼ਬਰਦਸਤ ਸੀ। ਹਰ ਚੀਜ਼ ਦੂਸਰੀ ਚੀਜ਼ ਨਾਲ ਲਿੰਕ ਕਰ ਰਹੇ ਸੀ, ਹਰ ਚੀਜ਼ ਦੂਸਰੀ ਮਤਲਬ ਹਰ ਇੱਕ ਚੀਜ਼ ਦੂਸਰੀ ਨਾਲ ਲਿੰਕ ਹੋ ਰਹੀ ਸੀ, ਬਹੁਤ ਜ਼ਬਰਦਸਤ ਸੀ। ਬਾਕੀ ਵੀਡੀਓ ਤਾਂ ਓਵਰਆਲ ਬਹੁਤ ਅੱਛੀ ਸੀ, ਲਿਰਿਕਸ ਵੀ ਬਹੁਤ ਅੱਛੀਆਂ ਸੀ। ਵੈਸੇ ਵੀ ਸਿੱਧੂ ਮੂਸੇਵਾਲੇ ਦਾ ਕੋਈ ਸੌਂਗ ਹੋਵੇ ਤਾਂ ਕੋਈ ਅੱਛਾ ਨਾ ਹੋਵੇ ਤਾਂ ਹੋ ਵੀ ਨਹੀਂ ਸਕਦਾ, ਲੇਕਿਨ ਐਂਡ ਜਿਹੜਾ ਸੀ ਨਾ ਉਹ ਤਾਂ ਬਹੁਤ ਹੀ ਕਮਾਲ ਸੀ। ਉਹ ਸੀਗਾ ਸ਼ਾਇਦ ਕਿ ਡੁਪਲੀਕੇਟ ਤਾਂ ਦੂਰ ਦੀ ਗੱਲ, ਸਾਡੀਆਂ ਤਾਂ ਕਾਪੀਆਂ ਵੀ ਹਿੱਟ ਹੋ ਜਾਂਦੀਆਂ। ਉਹ ਬਿਲਕੁਲ ਬਿਲਕੁਲ ਯਾਰ ਮਤਲਬ ਕਿ ਇਹਨਾਂ ਦੇ ਵਾਕਈ ਸਹੀ ਗੱਲ ਆ ਕਿ ਲੋਕ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਨੇ, ਮਗਰ ਇਹਨਾਂ ਦੇ ਲੈਵਲ ਤੱਕ ਪਹੁੰਚਣਾ ਇੰਪੋਸੀਬਲ ਆ, ਠੀਕ ਆ। ਅਤੇ ਬਾਕੀ ਆਪਸੋ ਗਾਈ ਤੁਸੀਂ ਵੀਡੀਓ ਨੂੰ ਇੰਜੋਏ ਕੀਤਾ ਹੋਣਾ, ਅਗਰ ਵੀਡੀਓ ਨੂੰ ਇੰਜੋਏ ਕੀਤਾ ਤਾਂ ਸਾਨੂੰ ਮਜ਼ੀਦ ਇਹਨਾਂ ਦੀਆਂ ਸੌਂਗ ਵੀਡੀਓ ਜਿਹੜੀ ਤੁਹਾਡੀ ਪਲੇਲਿਸਟ 'ਚ ਚੱਲ ਰਹੀ ਆ ਉਹ ਤੁਸੀਂ ਸਾਨੂੰ ਸੁਜੈਸਟ ਕਰ ਸਕਦੇ ਹਾਂ, ਅਸੀਂ ਡੈਫੀਨੇਟਲੀ ਉਹਨੂੰ ਫੋਲੋਅਪ ਕਰਾਂਗੇ। ਚਲੋ ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ ਵਿਦ ਨਿਊ ਸਿੱਧੂ ਮੂਸੇਵਾਲਾ ਸੌਂਗ। ਓਕੇ, ਸਾਨੂੰ ਦੇ ਇਜਾਜ਼ਤ, ਥੈਂਕ ਯੂ ਸੋ ਮਚ, ਟੇਕ ਕੇਅਰ, ਅੱਲਾ ਹਾਫਿਜ਼।